ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਕੱਲ੍ਹ ਅਸੀਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਨਵਾਂ ਚਿਰਕੋਨਾਰ, ਇੱਕ ਨਵਾਂ ਨੋਟਿਸ, ਇੱਕ ਨਵਾਂ ਕਾਨੂੰਨ ਜਿਹਨੂੰ ਰੱਖ ਸਕਦੇ ਹਾਂ ਕਜ਼ੈਰਤਾ ਜਿਹੜਾ ਏਰੀਆ ਉਹਦੇ ਲਈ ਲਾਗੂ ਕੀਤਾ ਗਿਆ। ਅਤੇ ਉਹਨੂੰ ਮੈਂ ਦੇਖਿਆ ਕਿ ਕਮੈਂਟਾਂ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਬੰਦੇ ਨੇ ਉਹਨੂੰ ਥੋੜ੍ਹਾ ਜਿਹਾ ਗਲਤ ਤਰੀਕੇ ਨਾਲ ਉਹਨੂੰ ਮਿਸਅੰਡਰਸਟੈਂਡ ਕਰ ਲਿਆ। ਅਤੇ ਉਹਦੇ ਬਾਰੇ ਤਾਂ ਅੱਜ ਜਿਹੜਾ ਇੱਕ ਨਵਾਂ ਅਪਡੇਟ ਸੀ, ਕਿੰਨੇ ਕੁ ਬੰਦਿਆਂ ਦੇ ਪੇਪਰ ਅਪਲਾਈ ਹੋ ਗਏ ਜਾਂ ਫਿਰ ਕਿੰਨੇ ਬੰਦਿਆਂ ਦੇ ਪੇਪਰ ਜਿਹੜੇ ਨਿਕਲ ਗਏ, ਉਹਦੇ ਬਾਰੇ ਤੁਹਾਨੂੰ ਗੱਲ ਦੱਸਦੇ ਹਾਂ ਜੀ। ਅਤੇ ਆਪਣਾ ਅੱਜ ਦਾ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਕਹਿਣਾ ਚਾਹਾਂਗੇ ਜੀ, ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ ਇੱਦਾਂ ਦੀਆਂ ਵਧੀਆ ਤੋਂ ਵਧੀਆ ਜਿਹੜੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ। ਅਤੇ ਜਿਹੜਾ ਘੰਟੀ ਦਾ ਬਟਨ ਆ ਜ਼ਰੂਰ ਦਬਾ ਦਿਓ। 9 ਮਹੀਨੇ ਪੇਪਰ ਇਟਲੀ ਦਾ ਜਿਹੜੇ ਪੇਪਰ ਆ, ਇਹਨਾਂ ਦਾ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਜੀ। ਜਿਹੜੀ ਸਰਕਾਰ ਆ, ਇਟਲੀ ਦੀ ਸਰਕਾਰ ਆ, ਜਿਹੜਾ ਮਿਨਿਸਟਰ ਦੇ ਲਿੰਤੈਰ ਨੂੰ ਜਿਹੜਾ ਸਾਰਾ ਕੁਛ ਇਹ ਦੇਖਦਾ ਵੀ ਤੁਸੀਂ ਭਾਵੇਂ ਇੰਡੀਆ ਤੋਂ 9 ਮਹੀਨੇ ਦੇ ਪੇਪਰਾਂ 'ਤੇ ਆਉਣਾ ਹੋਵੇ, ਜਾਂ ਫਿਰ ਟੂਰਿਸਟ ਵੀਜ਼ੇ 'ਤੇ ਆਉਣਾ ਹੋਵੇ, ਜਾਂ ਫਿਰ ਟੂਰਿਸਟ ਵੀਜ਼ੇ ਨਹੀਂ, ਜਾਂ ਫਿਰ ਤੁਸੀਂ ਫੈਮਿਲੀ ਬੇਸ 'ਤੇ ਆਉਣਾ ਹੋਵੇ, ਜਿੰਨੇ ਵੀ ਹੈਗੇ ਸਾਰੇ, ਜਾਂ ਫਿਰ ਸਟੱਡੀ ਬੇਸ 'ਤੇ ਆਉਣਾ ਹੋਵੇ, ਜੋ ਵੀ ਹੈ, ਸਭ ਕੁਛ ਇਸ ਵੈਬਸਾਈਟ, ਇਹੀ ਜਿਹੜਾ ਮਹਿਕਮਾ ਆ ਮਿਨਿਸਟਰ ਦੇ ਲਿੰਤੈਰ ਨੂੰ, ਇਹਦੇ ਅੰਡਰ ਹੀ ਸਭ ਕੁਛ ਹੁੰਦਾ ਜੀ। ਅਤੇ ਆਹ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ ਐਗਜੈਕਟਲੀ ਅਗਰ ਦੇਖੀਏ ਕਿ ਜੁਲਾਈ ਤੱਕ 44,000 ਬੰਦਿਆਂ ਦੇ, 44,000 ਬੰਦਿਆਂ ਤੋਂ ਜ਼ਿਆਦਾ ਜਿਹੜੇ ਸੀਗੇ, ਆਈਡੀਆ 44-45 ਦਾ ਜੀ, ਇੰਨੇ ਹਜ਼ਾਰ ਬੰਦੇ ਦਾ ਜਿਹੜਾ ਦੁਮਾਂਦੇ ਹੋ ਚੁੱਕੇ ਸੀਗੇ। ਅਤੇ ਜਿਹੜੇ ਇਸ ਸਾਲ 2019 ਦਾ ਕੁਆਤਾ ਸੀ ਜਾਂ ਕੋਟਾ ਰੱਖ ਲਓ, 18,000 ਬੰਦਿਆਂ ਦਾ ਸੀਗਾ ਪੂਰੇ ਇਟਲੀ ਦੇ ਵਿੱਚ। ਹੁਣ ਤੁਸੀਂ ਇਹ ਦੇਖ ਲਓ ਕਿ ਜੁਲਾਈ ਤੱਕ, ਤੁਸੀਂ ਜੁਲਾਈ ਨਾ ਰੱਖੋ ਕਿ ਜੁਲਾਈ ਦੇ ਵਿੱਚ ਇੰਨਾ ਹੈ, ਤੁਸੀਂ ਜੁਲਾਈ ਤੱਕ ਰੱਖੋ ਕਿ 44-45 ਹਜ਼ਾਰ ਬੰਦਿਆਂ ਦਾ ਜਿਹੜਾ ਸੀਗਾ, ਬੰਦਿਆਂ ਨੇ ਦੁਮਾਂਦੇ ਕਰ ਦਿੱਤੇ ਆ। ਹੁਣ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸੋਚ ਰਹੇ ਆ ਵੀ ਕਿਸੇ ਏਜੰਟ ਨੂੰ ਲੱਭੀਏ, ਜਾਂ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਕਿ ਆ ਜਾਓ ਵੀ ਹੁਣ 10 ਲੱਖ ਨਹੀਂ ਜੀ, ਮੈਂ ਤੁਹਾਡਾ 7 ਲੱਖ 'ਚ ਭਰ ਦਿੰਦਾ, 7 ਨਹੀਂ ਜੀ, ਤੁਸੀਂ ਮੈਨੂੰ 5 ਦੇ ਦਿਓ, ਮੈਂ ਤੁਹਾਡੇ 5 ਤੋਂ ਭਰ ਦਿੰਦਾ ਪੈਸੇ, ਮੈਨੂੰ ਅੱਧੇ ਪਹਿਲਾਂ ਦਿਓ ਅੱਧੇ ਬਾਅਦ ਵਿੱਚ, ਕਿਉਂਕਿ ਹੁਣ ਜਿਹਨਾਂ ਦੇ ਨਿਕਲਣੇ ਉਹ ਬਹੁਤ ਮੁਸ਼ਕਿਲ ਹੋ ਜਾਣੀ ਆ। ਅਤੇ ਇਹ 44,000 ਦੇ ਵਿੱਚੋਂ ਜ਼ਰੂਰੀ ਨਹੀਂ ਕਿ ਜਿੰਨੇ ਹੈਗੇ ਇਹ ਸਾਰੇ ਦੇ ਸਾਰੇ ਇਹਨਾਂ ਨੇ ਕੱਢਣੇ ਆ, ਨਹੀਂ ਜੀ, 5,000 ਜੁਲਾਈ ਮਹੀਨੇ ਦੇ ਤੱਕ ਨਾ 5,000 ਬੰਦੇ ਨੂੰ ਪੇਪਰ ਜਿਹੜੇ ਇਹਨਾਂ ਨੇ ਦੇ ਦਿੱਤੇ ਆ, ਨੂੰ ਲੋਸ ਤਾਂ ਉਹਨਾਂ ਦਾ 5,000 ਬੰਦਿਆਂ ਨੇ ਕੱਢਤਾ, 18,000 ਬੰਦਾ ਟੋਟਲ ਕੱਢਣਾ ਸੀ ਅਤੇ ਉਹਨਾਂ ਦੇ ਵਿੱਚੋਂ 5,000 ਬੰਦਾ ਇਹਨਾਂ ਨੇ ਕੱਢ ਦਿੱਤਾ ਹੈ। ਅਤੇ ਹੁਣ ਜਿਹੜਾ 13,000 ਰਹਿੰਦਾ ਉਹ 13,000 ਬੰਦਾ ਬਾਅਦ ਵਿੱਚ ਸਾਰਿਆਂ ਦੇ ਪੇਪਰ ਚੈੱਕ ਕਰਦੇ ਆ, ਇਸ ਕਰਕੇ ਟਾਈਮ ਲੱਗਣਾ, ਜਿੱਦਾਂ ਹੁਣ 2 ਮਹੀਨੇ ਲੱਗੇ, ਹੋਰ 2-4 ਮਹੀਨੇ ਲੱਗੂਗੇ, 13,000 ਬੰਦੇ ਜਿਹੜੇ ਹੋਰ ਆ ਉਹਨਾਂ ਦੇ ਪੇਪਰ ਨਿਕਲ ਜਾਣੇ ਆ। ਇਹ ਬੰਦੇ ਕਿਹੜੇ ਸੀਗੇ? ਆਪਣਾ ਖੇਤੀਬਾੜੀ ਦਾ ਕੰਮ ਕਰਨ ਵਾਲੇ ਸੀ, ਜਾਂ ਫਿਰ ਬਾਰਾਂ 'ਤੇ, ਜਾਂ ਫਿਰ ਸਮੁੰਦਰ ਕੰਢਿਆਂ 'ਤੇ ਕੰਮ ਕਰਨ ਵਾਲੇ ਸੀ, ਜਾਂ ਫਿਰ ਰੈਸਟੋਰੈਂਟ ਵਾਲੇ ਜਿਹੜੇ ਪੇਪਰ ਸੀਗੇ, ਸਾਰੇ ਜਿੰਨੇ ਵੀ ਤਕਰੀਬਨ ਸੀਗੇ, ਜਾਂ ਫਿਰ ਹੋਟਲਾਂ 'ਚ ਜੇ ਕਿਸੇ ਬੰਦੇ ਨੂੰ ਲੋੜ ਹੁੰਦੀ ਸੀ ਨਾ ਵੀ ਹੋਟਲ ਦੇ ਵਿੱਚ ਬੰਦਿਆਂ ਦੀ ਲੋੜ ਆ, ਇਹ ਸਾਰੇ ਜਿਹੜੇ ਬੰਦੇ ਸੀਗੇ ਤਕਰੀਬਨ ਸਾਰੇ ਦੇ ਸਾਰੇ ਹੁਣ ਇਹ 18,000 ਦੇ ਵਿੱਚ ਹੋ ਸਕੇ। ਅਤੇ ਇਹ 13,000 ਰਹਿ ਜਾਂਦਾ, ਇਸ ਕਰਕੇ ਆਸ ਹਜੇ ਵੀ ਹੈਗੀ। ਮੈਨੂੰ ਬੰਦੇ ਨੇ ਕਿਹਾ ਜੀ ਕਿ ਇਹਦਾ ਮਤਲਬ 2019 ਦੇ ਲਈ ਹੁਣ ਕੋਈ ਹੈ ਨਹੀਂ ਗਾ। ਜਿਹੜਾ ਇਹਨਾਂ ਨੇ ਕਾਨੂੰਨ ਕੱਢਿਆ, ਜਿਹੜਾ ਨੋਟਿਸ ਭੇਜਿਆ, ਕਜ਼ੈਰਤਾ ਨੂੰ ਭੇਜਿਆ, ਇਹ ਕਿੰਨੀ ਤਰੀਕ ਨੂੰ? 13 ਤਰੀਕ ਨੂੰ ਭੇਜਿਆ ਜਿੱਦ ਤੱਕ ਹੁਣ ਮੈਨੂੰ ਯਾਦ ਆ। ਉਸ 13 ਤਰੀਕ ਤੋਂ ਬਾਅਦ ਜਿਹੜੇ ਨਵੇਂ ਆਉਂਦੇ, ਨਵਿਆਂ ਲਈ ਉਹਨਾਂ ਨੇ ਐਕਸੈਪਟ ਨਹੀਂ ਕਰਨਾ। ਜਿਹੜੇ ਪਹਿਲੇ ਦੁਮਾਂਦੇ ਹੋ ਗਏ ਆ ਅਤੇ ਜਿੰਨਾ ਉਹਨਾਂ ਦਾ ਪਹਿਲਾ ਕੁਆਤਾ ਸੀਗਾ, ਉਹਨਾਂ ਨੂੰ ਕੋਈ ਚੱਕਰ ਨਹੀਂ ਪੈਣਾ। ਜਿਹੜੇ ਆਉਣ ਵਾਲੇ ਸਾਲ ਆ ਉਹਨਾਂ ਦੇ ਵਿੱਚ ਜ਼ਰੂਰ ਇਹ ਜਿਹੜਾ ਆਪਣਾ ਇਹਨਾਂ ਨੇ ਨੋਟਿਸ ਭੇਜਿਆ, ਉਹਨਾਂ 'ਤੇ ਪ੍ਰਭਾਵ ਪੈਣਾ। ਅਤੇ ਹੋ ਸਕਦਾ ਬਾਕੀ ਮੰਨਣਾ ਕਿਸ ਹਿਸਾਬ ਨਾਲ, ਉਸ ਆਪਣਾ ਜਿਹੜਾ ਕਾਨੂੰਨ ਉਹਨੂੰ ਕਿਸ ਹਿਸਾਬ ਨਾਲ ਲਾਗੂ ਕਰਨਾ ਚਾਹੁੰਦੇ ਆ, ਉਹ ਜਿਹੜਾ ਪ੍ਰਫੇਤੂਰਾ ਕਜ਼ੈਰਤਾ ਉਹਨਾਂ ਨੇ ਦੇਖਣਾ ਕਿ ਜੀ ਅਸੀਂ ਜਿਹੜੇ ਵੀਜ਼ੇ ਹੁਣ ਹੋਰ ਦੇਣੇ ਆ ਨੂੰ ਲਿਆ ਉਸ 'ਤੇ, ਫਰਜ਼ ਕਰੋ ਉੱਥੇ 100 ਬੰਦੇ ਦੱਸ ਗਾ ਵੀ ਜੇ 50 ਨੂੰ ਦੇ ਤੇ, ਅਗਲੇ ਜਿਹੜੇ 50 ਆ ਹੁਣ ਅਸੀਂ ਇੰਡੀਆ ਤੋਂ ਹੀ ਕਰ ਰਹੇ ਹਾਂ ਕਿ ਇੰਡੀਆ ਤੋਂ ਪਹਿਲਾਂ? ਅਗਰ ਇਹ ਚੀਜ਼ ਲਾਗੂ ਹੋਈ ਤਾਂ ਫਿਲਹਾਲ ਸਿਰਫ ਕਜ਼ੈਰਤਾ 'ਤੇ ਲਾਗੂ ਹੋਣੀ ਆ, ਬਾਕੀ ਸਾਰੇ ਹੋਰ ਕਿਸੇ ਪ੍ਰਫੇਤੂਰੇ ਨੂੰ ਨੋਟਿਸ ਨਹੀਂ ਭੇਜਿਆ ਜੀ ਮਿਨਿਸਟਰ ਦਲ, ਜਿਹੜਾ ਇਹ ਮਹਿਕਮਾ ਹੈ ਜਿਹੜਾ ਸਾਰਾ ਇਹ ਕੰਮ ਕਰਦਾ ਹੈ। ਅਤੇ ਬਾਕੀ ਹੁਣ ਨੰਬਰਾਂ ਦੀ ਥੋੜ੍ਹੀ ਜਿਹੀ ਗੱਲ ਕਰ ਦਿੰਦੇ, ਤੁਹਾਨੂੰ ਇਹ ਤਾਂ ਦੱਸਤਾ ਕਿ 5,000 ਬੰਦੇ ਦਾ ਜਿਹੜਾ ਸੀਜ਼ਨ ਵਾਲੇ ਜਿਹੜੇ ਪੇਪਰ ਦੇ ਬੰਦੇ ਸੀ ਨਿਕਲ ਗਏ, ਉਹਨਾਂ ਦੇ ਵੀਜ਼ੇ ਹੁਣ ਹੌਲੀ ਹੌਲੀ ਨਿਕਲਣੇ ਆ। ਅਤੇ ਬਾਅਦ ਵਿੱਚ ਵੀਜ਼ਿਆਂ ਦੀ ਡੇਟ ਲਿਖੀ ਹੁੰਦੀ ਵੀ 9 ਤਰੀਕ ਤੋਂ ਬਾਅਦ ਤੁਸੀਂ ਸਫ਼ਰ ਕਰ ਸਕਦੇ ਹੋ। ਅਤੇ ਕਾਫੀ ਬੰਦਿਆਂ ਨੂੰ ਮੈਂ ਕਮੈਂਟਾਂ ਦੇ ਵਿੱਚ ਇਹ ਵੀ ਦੇਖਿਆ ਕਿ ਉਹ ਕਹਿ ਰਿਹਾ ਜੀ ਕਿ ਕੋਈ ਪੇਪਰ ਆਉਣਾ, ਉਹ ਪੇਪਰ ਤੋਂ ਬਾਅਦ ਉਹਨਾਂ ਨੇ ਸਫ਼ਰ ਕਰਨਾ। ਅਤੇ ਬਾਕੀ ਅਗਰ ਕਿਸੇ ਬੰਦੇ ਦਾ, ਜਿਸ ਵੀ ਬੰਦੇ ਦਾ ਵੀਜ਼ਾ ਨਿਕਲਿਆ ਅਤੇ ਉਹ
ਉਹਨੂੰ ਕਿਸੇ ਨੇ ਕਿਹਾ ਵੀ ਤੂੰ ਫਲਾਨਾ ਤੈਨੂੰ ਪੇਪਰ ਮਿਲਣਾ, ਉਹ ਪੇਪਰ ਸਾਨੂੰ ਜ਼ਰੂਰ ਦਿਖਾ ਦਿਓ ਤਾਂ ਜੋ ਅਸੀਂ ਸਾਨੂੰ ਪੜ੍ਹ ਕੇ ਦੱਸ ਸਕੀਏ ਕੀ ਇਹ ਗੱਲ ਸਹੀ ਆ ਕਿ ਕੋਈ ਪੇਪਰ ਤੁਹਾਨੂੰ ਮਿਲਣਾ। ਕਿਉਂਕਿ ਨੋਰਮਲੀ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਤਾਂ ਤੁਸੀਂ ਉੱਤੇ ਡੇਟ ਲਿਖੀ ਹੁੰਦੀ ਹੈ ਫਿਰ ਕਿੰਨੀ ਤਰੀਕ ਤੋਂ ਬਾਅਦ ਤੁਸੀਂ ਆਪਣਾ ਇਟਲੀ ਨੂੰ ਜਾ ਸਕਦੇ ਆ, ਉਹ ਤੁਸੀਂ 19 ਤਰੀਕ ਤੋਂ ਬਾਅਦ ਆਪਣਾ ਟਿਕਟ ਲੈ ਕੇ ਜਾ ਸਕਦੇ, ਤੁਹਾਨੂੰ ਕਿਸੇ ਨੇ ਰੋਕਣਾ ਨਹੀਂ ਹੁੰਦਾ। ਵਾਹਿਗੁਰੂ। ਅਗਰ ਹੁਣ ਦੇਖੀਏ ਵੀ ਜਿਹੜੇ ਇਹ ਦਮਾਂਦੇ ਸੀ ਕਿਹਨੇ ਕਿਹਨੇ ਕੀਤੇ, ਸਭ ਤੋਂ ਪਹਿਲੇ ਨੰਬਰ 'ਤੇ ਜੀ ਆਪਣਾ ਆਉਂਦਾ ਇੰਡੀਆ। ਇੰਡੀਆ 'ਚ ਤਕਰੀਬਨ ਇਹਨਾਂ ਦਮਾਂਦਿਆਂ ਦੇ ਵਿੱਚ ਇੰਡੀਅਨਾਂ ਨੇ ਤਕਰੀਬਨ 22,000 ਤੋਂ ਵੀ ਉੱਤੇ, ਅਤੇ ਇਹ ਅਗਰ ਤੁਸੀਂ ਆਰਟੀਕਲ ਚਾਹੋ ਤਾਂ ਸਾਡੀ ਵੈਬਸਾਈਟ ਇਹਦਾ punjabi.com ਉੱਤੇ ਜਾ ਕੇ ਪੜ੍ਹ ਸਕਦੇ ਹਾਂ। ਪੇਪਰ ਖੁੱਲ੍ਹਿਓ ਜੀ, ਇਟਲੀ ਦੇ ਪੇਪਰ ਖੁੱਲ੍ਹ ਗਏ, 5,000 ਬੰਦਿਆਂ ਦੇ ਪੇਪਰ ਨਿਕਲੇ, ਅਤੇ ਇਹਦੇ ਵਿੱਚ ਤੁਸੀਂ ਸਾਰੇ ਇਹ ਅੰਕੜੇ ਪੜ੍ਹ ਸਕਦੇ ਹਾਂ। ਜਿਹੜਾ ਆਪਣੇ ਇੰਡੀਅਨ ਬੰਦੇ ਸੀ, ਤਕਰੀਬਨ 22,000 ਤੋਂ ਜ਼ਿਆਦਾ ਆਪਣੇ ਇੰਡੀਅਨ ਬੰਦਿਆਂ ਨੇ ਪਹਿਲੇ ਨੰਬਰ 'ਤੇ ਦਮਾਂਦੇ ਕੀਤੇ ਆ ਜੀ। ਸਭ ਤੋਂ ਜ਼ਿਆਦਾ ਇੰਡੀਅਨ ਬੰਦਿਆਂ ਦੇ, ਉਸ ਤੋਂ ਬਾਅਦ ਮੋਰੋਕੋ ਵਾਲਿਆਂ ਦੇ ਦਮਾਂਦੇ ਹੋਏ ਆ, ਅਤੇ ਹੌਲੀ ਹੌਲੀ ਇਸ ਤਰ੍ਹਾਂ ਤੁਸੀਂ ਇਹ ਦੇਖੋ ਵੀ ਜਿੰਨੇ ਦਮਾਂਦੇ ਹੋਏ ਸੀਗੇ ਹੁਣ ਜੁਲਾਈ ਦੇ ਤੱਕ 44,000 ਹੋਏ ਸੀ, ਉਹਦਾ 49% ਦਮਾਂਦਾ ਆਪਣੇ ਇੰਡੀਅਨਾਂ ਦਾ ਸੀ। 22,000 ਥੋੜ੍ਹਾ ਨਹੀਂ ਹੁੰਦਾ ਜੀ, ਬਹੁਤ ਹੁੰਦਾ, ਅਤੇ ਕਿੰਨਾ ਕਰੇਜ਼ ਆ। ਅਤੇ ਇੱਕ ਹੋਰ ਵੀ ਮੇਨ ਜ਼ਰੂਰੀ ਗੱਲ ਆ ਕਿ ਏਸ਼ੀਆ ਦੇ ਵਿੱਚ ਤਕਰੀਬਨ ਸਿਰਫ ਇੰਡੀਆ ਹੀ ਆ ਜਿਹੜਾ ਇਹਨਾਂ ਨੇ ਰੱਖਿਆ ਪੇਪਰਾਂ ਦੇ ਵਿੱਚ। ਇਹ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਜੀ, ਇਹ ਸਾਰੀਆਂ ਵੈਬਸਾਈਟਾਂ ਜਿਹੜੀਆਂ ਆਪਣੀਆਂ ਮਿਨਿਸਟਰ ਦਾ ਇੰਟਰਨ ਹੋ ਗਏ ਜਾਂ ਫਿਰ ਪੁਰਤਾਲ ਇਮੀਗ੍ਰੇਸ਼ਨ ਵਾਲੀ, ਇਹ ਵੈਬਸਾਈਟ ਹੈ ਸਾਰਾ ਕੁਝ ਡਾਟਾਬੇਸ ਦੇ ਰਹੀਆਂ। ਅਤੇ ਜਦੋਂ ਵੀ ਉਸ ਜਿਹੜਾ ਆਪਣਾ ਪੁਰਤਾਲ ਇਮੀਗ੍ਰੇਸ਼ਨ ਵਾਲਾ ਬੰਦਾ ਆ ਆਪਣਾ ਅੰਜਲੋ ਮਸਰ, ਜਦੋਂ ਵੀ ਉਸਨੇ ਆਪਣਾ ਆਰਟੀਕਲ ਲਿਖਿਆ ਮੈਨੂੰ ਮੈਸੇਜ ਕੀਤਾ ਸੀ, ਕਹਿੰਦਾ ਤੂੰ ਕੁਲਵੀਰ ਸਿੰਘ ਇਹਨੂੰ ਟ੍ਰਾਂਸਲੇਟ ਕਰ ਦੇ। ਹੁਣ ਮੇਰਾ ਟਾਈਮ ਨਹੀਂ ਸੀ ਲੱਗਿਆ, ਇਸ ਕਰਕੇ ਮੈਂ ਹੁਣ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਿਹਾ ਜੀ। ਅਤੇ ਬਾਕੀ ਨਾਪੋਲੀ ਏਰੀਏ ਦੇ ਵਿੱਚ ਹੁਣ ਜੇ ਏਰੀਏ ਦੇ ਹਿਸਾਬ ਨਾਲ ਦੇਖਿਆ, ਹੁਣ ਜਿੱਦਾਂ ਤੁਹਾਨੂੰ ਦੱਸਿਆ ਕਿ ਦਮਾਂਦੇ ਇੰਡੀਅਨ ਆ ਜਿਹੜੇ ਜੁਲਾਈ ਤੱਕ 22,000 ਬੰਦੇ ਆ ਜਿਹੜਾ ਏਜੰਟਾਂ ਦੇ ਹੱਥੀਂ ਚੜ੍ਹ ਗਿਆ ਹੈ। 22,000 ਚੋਂ ਹੋ ਸਕਦਾ 2,000 ਬੰਦੇ ਜਿਹੜੇ ਇਟਾਲੀਅਨ ਦੇ ਥਰੂ ਹੋਏ ਹੋਗੇ, ਬਾਕੀ 20,000 ਤਾਂ ਬੰਦੇ ਏਜੰਟਾਂ ਦੇ ਕੋਲ ਹੀ ਗਏ ਹੋਣੇ, ਮੇਰਾ ਆਈਡੀਆ ਜੀ, ਬਾਕੀ ਹੋ ਸਕਦਾ ਆਈਡੀਆ ਗਲਤ ਵੀ ਹੋਵੇ। ਅਗਰ ਅਸੀਂ ਏਰੀਏ ਦੇ ਹਿਸਾਬ ਨਾਲ ਦੇਖੀਏ ਜੀ, ਸਭ ਤੋਂ ਜ਼ਿਆਦਾ ਅਗਰ ਪੇਪਰ ਭਰ ਹੋਏ ਆ ਉਹ ਹੋਇਆ ਜੀ ਨਾਪੋਲੀ ਦੇ ਵਿੱਚ। ਜੁਲਾਈ ਤੱਕ ਜਿਹੜਾ ਦੇਖਿਆ ਜਾਵੇ ਤਾਂ ਸਿਰਫ ਨਾਪੋਲੀ ਦੇ ਵਿੱਚ 13,000 ਬੰਦਿਆਂ ਦੇ ਪੇਪਰ ਭਰੇ ਸੀਗੇ। ਵੇਰੋਨਾ ਅਤੇ ਲਤੀਨਾ ਦੇ ਵਿੱਚ 2,000 ਦੇ ਸੀ, ਅਤੇ ਰੋਮਾ ਵਿੱਚ ਤਕਰੀਬਨ 1,500 ਪੇਪਰ ਭਰ ਹੋਇਆ, ਅਤੇ ਜੋ ਕਿ ਥੋੜ੍ਹਾ ਜਿਹਾ ਮੰਨਣਯੋਗ ਘੱਟ ਆ ਕਿਉਂਕਿ ਹੋ ਸਕਦਾ ਜੁਲਾਈ ਤੱਕ ਇੰਨੇ ਬੰਦੇ ਐਕਟਿਵ ਨਾ ਹੋਏ ਹੋਊਗੇ। ਕਿਉਂਕਿ ਰੋਮਾ ਅਤੇ ਨਾ ਅਗਰ ਜਿੱਦਾਂ ਅਗਰ ਨਾਪਲੀ ਦੇ ਵਿੱਚ 13,000 ਆ, ਤਾਂ ਰੋਮਾ ਵਿੱਚ ਵੀ ਮੈਨੂੰ ਆਈਡੀਆ ਸੀਗਾ ਘੱਟ ਤੋਂ ਘੱਟ 4-5,000 ਬੰਦਿਆਂ ਦਾ ਹੋਣਾ ਚਾਹੀਦਾ, ਪਰ 4-5,000 ਰੋਮਾ ਨਾਲੋਂ ਲਤੀਨਾ ਵਿੱਚ 2,000 ਆ ਅਤੇ ਵਰੋਨਾ ਦੇ ਵਿੱਚ 2,000 ਆ। ਇਸ ਤੋਂ ਕੀ ਪਤਾ ਲੱਗਦਾ ਜੀ, ਜਿਹੜਾ ਨਾਪਲੀ ਏਰੀਆ ਇਹਦੇ ਵਿੱਚ ਆਪਣੇ ਇੰਡੀਅਨ ਬੰਦਿਆਂ ਦਾ ਗੜ ਜ਼ਿਆਦਾ ਕਹਿ ਸਕਦੇ ਹਾਂ, ਜਾਂ ਫਿਰ ਇੱਦਾਂ ਕਹਿ ਸਕਦੇ ਨਾਪਲੀ ਏਰੀਆ ਦੇ ਵਿੱਚ ਜ਼ਿਆਦਾ ਨਿਕਲਣ ਦੇ ਚਾਂਸ ਆ, ਉੱਥੇ ਲੋਕ ਫਿਰ ਜ਼ਿਆਦਾ ਕਰਾਉਂਦੇ ਆ, ਇਹੀ ਮਤਲਬ ਹੋ ਸਕਦਾ ਜੀ। ਕਿਉਂਕਿ ਰੋਮਾ ਵਿੱਚ ਵੀ ਆਪਣੇ ਪੰਜਾਬੀ ਬੰਦੇ ਕਾਫੀ ਰਹਿੰਦੇ ਆ, ਅਤੇ ਇਹਦੇ ਹਿਸਾਬ ਨਾਲ ਉੱਥੇ ਵੀ ਜ਼ਿਆਦਾ ਹੋਣੇ ਚਾਹੀਦੇ। ਚਲੋ ਵਧੀਆ ਗੱਲ ਆ ਜੀ, ਅਗਰ ਜੇ ਘੱਟ ਹੋਇਆ ਤਾਂ ਘੱਟ ਬੰਦਿਆਂ ਦੇ ਜ਼ਿਆਦਾ ਬੰਦਿਆਂ ਦੇ ਨਿਕਲਣ ਦੇ ਚਾਂਸ ਆ। ਇਸ ਤੋਂ ਬਾਅਦ ਜੀ ਮਿਨਿਸਟਰ ਉਸ ਮਹਿਕਮੇ ਨੇ ਇਹ ਵੀ ਨੰਬਰ ਜਾਰੀ ਕੀਤੇ ਆ ਵੀ ਜਿਹੜੇ ਬੰਦੇ ਪੇਪਰ ਚੇਂਜ ਕਰਾਉਂਦੇ ਆ, ਜਿੱਦਾਂ ਤੁਹਾਡੇ ਕੋਲ ਜਿਹੜੇ ਪੇਪਰ ਆ ਖੇਤੀਬਾੜੀ ਵਾਲੇ ਪੇਪਰ ਆ, ਤੁਹਾਡੇ ਕੋਲ ਸਟੂਡੈਂਟ ਬੇਸ ਵਾਲੇ ਪੇਪਰ ਆ, ਜਾਂ ਫਿਰ ਜਿਹੜੇ ਵੀ ਪੇਪਰ ਆ ਉਹਨਾਂ ਨੂੰ ਤੁਸੀਂ ਕੰਮ ਵਾਲੀ ਸਜੋ ਉਹਨੂੰ ਚੇਂਜ ਕਰਾਉਣਾ, ਅਤੇ ਫਿਲਹਾਲ ਜੁਲਾਈ ਤੱਕ ਜੀ ਸਿਰਫ 6,000 ਆ ਤੁਸੀਂ ਪੜ੍ਹ ਸਕਦੇ ਆ, ਸਿਰਫ 6,000 ਦਮਾਂਦੇ ਹੀ ਹੋਏ ਆ। ਅਤੇ ਉਹਨਾਂ ਦੇ ਵਿੱਚੋਂ ਵੀ ਅਗਰ ਦੇਖਿਆ ਜਾਵੇ ਉਹ ਜਿਹੜੇ ਦਮਾਂਦੇ ਹੋਏ ਆ, ਅਤੇ ਉਹਨਾਂ ਦਮਾਂਦਿਆਂ ਦੇ ਵਿੱਚੋਂ ਵੀ ਤਕਰੀਬਨ 36% ਬੰਦੇ ਆਪਣੇ ਇੰਡੀਅਨਾਂ ਦੇ ਹੀ ਦਮਾਂਦੇ ਹੋਏ ਆ। ਅਤੇ ਤੁਸੀਂ ਇਹ ਦੇਖ ਲਓ ਕਿ 6,000 ਦੇ ਵਿੱਚੋਂ ਤਕਰੀਬਨ 2,200 ਜਿਹੜਾ ਦਮਾਂਦਾ ਜਿਹੜਾ ਸਜੋਰ ਨੂੰ ਚੇਂਜ ਹੋਣ ਦਾ, ਉਹ ਸਿਰਫ ਆਪਣੇ ਇੰਡੀਅਨ ਬੰਦਿਆਂ ਦਾ ਸੀਗਾ 36% ਆਈਡੀਆ ਦੇ ਨਾਲ। ਫਿਰ ਉਸ ਤੋਂ ਬਾਅਦ ਅਲਬਾਨੀਜ਼ ਆ ਜਾਂਦੇ ਆ, ਮੋਰੋਕੀਨੇ ਆ ਜਾਂਦੇ ਆ, ਅਜੀਸੀਆ ਨੇ ਆ ਜਾਂਦੇ ਆ, ਹੋਰ ਜਾਂ ਫਿਰ ਚੀਨੀ ਬੰਦੇ ਆ ਜਾਂਦੇ ਆ, ਪਰ ਸਭ ਤੋਂ ਜ਼ਿਆਦਾ ਪਹਿਲੇ ਨੰਬਰ 'ਤੇ ਆਪਣੇ ਇੰਡੀਅਨ ਬੰਦੇ ਆ ਜੀ। ਅਤੇ ਇਹ ਅਗਰ ਤੁਸੀਂ ਜਿਹਨਾਂ ਜਿਹਨਾਂ ਬੰਦਿਆਂ ਨੇ ਬਹੁਤ ਸਾਰੇ ਮੈਨੂੰ ਪੁੱਛਦੇ ਭਾਅ ਜੀ, ਅਗਰ ਮੈਂ ਹੁਣ ਆਪਣਾ ਇਸ ਟਾਈਮ ਦਮਾਂਦਾ ਕਰਾਂ, ਆਪਣੀ ਸਜੋਰ ਨੂੰ ਕਨਵਰਟ ਕਰਾਉਣ ਦਾ, ਚੇਂਜ ਕਰਨ ਦਾ ਮੈਨੂੰ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ? ਹਾਂਜੀ, ਜ਼ਰੂਰ ਚਾਹੀਦਾ, ਕਿਉਂਕਿ ਹਜੇ ਤਕਰੀਬਨ ਜੁਲਾਈ ਤੱਕ ਸੀਗਾ, ਹੁਣ ਵੀ ਪੂਰਾ ਨਹੀਂ ਹੋਇਆ ਹੋਣਾ, 3,3800 ਤਕਰੀਬਨ 3,250 ਦਾ ਕੋਟਾ ਰਹਿੰਦਾ ਸੀ। ਅਗਰ ਤੁਸੀਂ ਨਹੀਂ ਕੀਤਾ ਤਾਂ ਇਹ ਕਰ ਦਿਓ, ਕਿਉਂਕਿ ਇਸ ਤੋਂ ਪਹਿਲਾਂ ਕਿ ਕੋਟਾ ਖਤਮ ਹੋ ਜਾਵੇ, ਅਗਰ ਕੋਤਾ ਖਤਮ ਹੋ ਗਿਆ ਫਿਰ ਤੁਹਾਡੇ ਜਿਹੜੇ ਪੇਪਰ ਚੇਂਜ ਨਹੀਂ ਹੁੰਦੇ, ਹੋਰ ਤਰੀਕੇ ਹੁੰਦੇ ਆ, ਪਰ ਫਿਰ ਕੋਤੇ ਦੇ ਨਾਲ ਤੁਹਾਡੇ 'ਚ ਪੇਪਰ ਨਹੀਂ ਬਣਨੇ। ਇਸ ਕਰਕੇ ਹਜੇ ਸਰਕਾਰ ਦੇ ਆਫਿਸ਼ਲ ਨੰਬਰਾਂ ਦੇ ਹਿਸਾਬ ਨਾਲ ਤਕਰੀਬਨ 4,500 ਬੰਦੇ ਦਾ ਪੇਪਰ ਚੇਂਜ ਹੋ ਸਕਦਾ। ਅਤੇ ਇੱਕ ਮੇਨ ਇਹ ਗੱਲ ਹੈ ਜੀ, ਅਗਰ 6,000 ਬੰਦੇ ਨੇ ਦਮਾਂਦਾ ਕਰਤਾ, 9,850 ਬੰਦੇ ਕਹਿੰਦੇ ਅਸੀਂ ਚੇਂਜ ਕਰਨੇ ਸੀ,
ਅਤੇ 9,850 ਬੰਦਿਆਂ ਦੇ ਵਿੱਚੋਂ 6,000 ਬੰਦਿਆਂ ਨੇ ਦੁਮਾਂਦਾ ਕੀਤਾ। ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ 6,000 ਦੇ 6,000 6 ਦੇ 6 ਬੰਦਿਆਂ ਦੇ ਅਸੀਂ ਪੇਪਰ ਚੇਂਜ ਕਰਤੇ ਆ, ਕਿਉਂਕਿ ਉਹਨਾਂ ਨੇ ਸਾਰੇ ਪੇਪਰ ਚੈੱਕ ਕਰਨੇ ਆ, ਤੁਹਾਡੇ ਮਾਲਕ ਨੇ ਟੈਕਸ ਭਰਿਆ ਕਿ ਨਹੀਂ ਭਰਿਆ, ਤੁਸੀਂ ਜਿਸ ਮਾਲਕ ਨੇ ਤੁਹਾਨੂੰ ਬੁਲਾਇਆ ਤੁਸੀਂ ਉਹਦੇ ਨਾਲ ਕੰਮ ਕੀਤਾ ਸੀ ਜਾਂ ਨਹੀਂ ਕੀਤਾ ਸੀ, ਜਾਂ ਫਿਰ ਤੁਹਾਡੇ ਦਿਨ ਪੂਰੇ ਹੈਗੇ ਸੀ ਜਾਂ ਨਹੀਂ ਹੈਗੇ, ਤੁਹਾਡੀ ਇੰਸ਼ੋਰੈਂਸ ਪੂਰੀ ਸੀ ਕਿ ਨਹੀਂ ਨਹੀਂ ਸੀ, ਤੁਸੀਂ ਜਿੱਥੇ ਘਰ 'ਚ ਰਹਿੰਦੇ ਹੋ ਘਰ ਰਹਿਣ ਯੋਗ ਹੈਗਾ, ਲੋਜ ਜੋ ਹੈਗੀ ਆ ਕਿ ਨਹੀਂ ਹੈਗੀ, ਤੁਹਾਡਾ ਘਰ ਦਾ ਕੰਤਰਾਤੋ ਹੈਗਾ ਜਾਂ ਨਹੀਂ ਹੈਗਾ, ਜਾਂ ਫਿਰ ਤੁਹਾਡਾ ਘਰ ਕਿਰਾਏ 'ਤੇ ਆ ਜਾਂ ਤੁਸੀਂ ਕਿਸੇ ਦੇ ਨਾਲ ਰਹਿੰਦੇ ਹੋ, ਉਹ ਬੰਦਾ ਤੁਹਾਨੂੰ ਲਿਖ ਕੇ ਦਿੰਦਾ ਕਿ ਹਾਂਜੀ ਮੈਂ ਚਾਹੁੰਦਾ ਕਿ ਪੇਪਰ ਚੇਂਜ ਕਰ ਲਵੇ, ਤੁਹਾਡਾ ਮਾਲਕ ਸਾਰੇ ਪੇਪਰ ਉਹਨੇ ਭਰੇ ਆ ਅਤੇ ਤੁਹਾਡਾ ਕੰਮ ਦਾ ਕੰਤਰਾਤੋ ਹੋਰ ਵੀ ਹੈਗਾ ਆ, ਅਤੇ ਜਿਹੜਾ ਬੰਦਾ ਹੁਣ ਤੁਹਾਨੂੰ ਕੰਮ ਦੇ ਰਿਹਾ ਵੀ ਮੈਂ ਇਸ ਬੰਦੇ ਨੂੰ ਫਲਾਣੇ ਬੰਦੇ ਨੂੰ ਆਪਣਾ ਹੀ ਨਾਂ ਰੱਖਦਾ, ਮੈਂ ਕੁਲਵੀਰ ਸਿੰਘ ਨੂੰ ਜੀ ਮੈਂ ਕੰਮ ਦੇ ਰਿਹਾ, ਉਹ ਬੰਦਾ ਇਸ ਯੋਗ ਹੈ ਕਿ ਨਹੀਂ ਕਿ ਤੁਹਾਨੂੰ ਤਨਖਾਹ ਦੇ ਦੇਵੇ, ਜਿੱਦਾਂ ਕਿ ਮੈਂ ਆਪਣੀ ਇੱਕ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਕੀ ਹੋ ਜਾਂਦਾ ਕਈ ਵੇਲੇ ਆਪਣੇ ਬੰਦੇ ਜਾਣ ਬੁੱਝ ਕੇ ਨਹੀਂ ਮਜਬੂਰੀ ਦੇ ਵਿੱਚ ਵੀ ਸਾਡੇ ਪੇਪਰ ਚੇਂਜ ਹੋ ਜਾਣਾ, ਜਾਣ ਬੁੱਝ ਕੇ ਤਾਂ ਕੋਈ ਵੀ ਬੰਦਾ ਪੈਸੇ ਨਹੀਂ ਖਰਾਬ ਕਰਦਾ, ਸਿਰਫ ਮਜਬੂਰੀ ਦੇ ਵਿੱਚ ਏਜੰਟਾਂ ਦੇ ਕੋਲ ਜਾਂਦੇ ਕਿ ਲੈ ਵੀ ਮੈਨੂੰ ਇੰਨੇ ਪੈਸੇ ਲਾਓ ਅਤੇ ਮੇਰੇ ਜਿਹੜੇ ਪੇਪਰ ਆ ਚੇਂਜ ਕਰਾ ਦਿਓ, ਅਤੇ ਉਹਦੇ ਵਿੱਚ ਕੀ ਹੁੰਦਾ ਨੋਰਮਲੀ ਜੇ ਆਪਾਂ ਸਾਨੂੰ ਸਾਰਿਆਂ ਨੂੰ ਪਤਾ ਜਿੱਦਾਂ ਇੱਧਰ ਬਰੇਸ਼ਿਆ ਕਰਮੁੰਨੇ ਏਰੀਆ ਦੇ ਵਿੱਚ ਬਹੁਤ ਹੁੰਦਾ ਜੀ, ਇੱਦਾਂ ਕੀ ਹੁੰਦਾ ਆ ਕਿ ਆਪਣੇ ਬੰਦੇ ਪੇਪਰ ਚੇਂਜ ਕਰਾਉਣ ਲਈ ਪਬਲਿਸਿਟੀ ਦਾ ਕੰਟਰੈਕਟ ਕਰਾ ਲੈਂਦੇ ਆ ਜਾਂ ਫਿਰ ਘਰ ਦੇ ਕੰਤਰਾਤੋਂ ਕਰਾ ਲੈਂਦੇ ਆ, ਅਤੇ ਉਹਨਾਂ ਨਾਲ ਕਿਆ ਹੁੰਦਾ ਉਹ ਬੂਸਟੇ ਦਿਖਾਉਂਦੇ ਆ ਜੀ, ਉਹ ਸੁਜੋਰ ਨੂੰ ਦੇ ਦਿੰਦੇ ਆ, ਪਰ ਆਹ ਜਿਹੜਾ ਖੇਤੀਬਾੜੀ ਵਾਲਾ ਹੁੰਦਾ ਇਹਦੇ ਵਿੱਚ ਤੁਸੀਂ ਘਰ ਦਾ ਕੰਤਰਾਤੋਂ ਕਰਾ ਘਰ ਦਾ ਕੰਤਰਾਤੋਂ ਦੇ ਪੇਪਰ ਲਾ ਲਓ, ਪਬਲਿਸਿਟੀ ਦੇ ਲਾ ਲਓ, ਉਹਨਾਂ ਨੇ ਇਹ ਚੈੱਕ ਕਰਨਾ ਕਿ ਇਸ ਬੰਦੇ ਦੀ ਇਨਕਮ ਕਿੰਨੀ ਆ, ਟਰਨਓਵਰ ਕਿੰਨੀ ਆ ਸਾਲ ਦੀ, ਕਿ ਤੁਸੀਂ ਸਾਲ ਦਾ ਭਾਈ ਫਰਜ਼ ਕਰੋ ਭਾਈ ਹਰ ਸਾਲ 'ਚ ਤੁਹਾਡਾ 1 ਲੱਖ ਐਰੋ ਦਾ ਕੰਮ ਆ, ਇਗਜ਼ੈਂਪਲ ਦੇ ਲਈ 1 ਲੱਖ ਐਰੋ ਦਾ ਤੁਹਾਡਾ ਕੰਮ ਆ, ਅਤੇ ਮਹੀਨੇ ਦਾ ਤੁਹਾਡਾ ਕਿੰਨਾ ਹੈ 12,896 12,900 8,500 ਦਾ ਤੁਹਾਡਾ ਮਹੀਨੇ ਦਾ ਆਈ ਚਲਾਈ ਆ, ਇਗਜ਼ੈਂਪਲ ਹੈ 8,500 'ਚੋਂ ਤੁਹਾਡੇ ਜਿਹੜੇ ਪਹਿਲੇ ਬੰਦੇ ਤੁਸੀਂ 5 ਰੱਖੇ ਹੋ ਉਹਨਾਂ ਨੂੰ ਤਨਖਾਹ ਦਿੰਦੇ ਆ, ਉਹ ਤੋਂ ਬਾਅਦ ਉਹਨਾਂ ਦਾ ਟੈਕਸ ਤਾਰਦੇ ਆ, ਹੋਰ ਵੀ ਕੁਛ ਬੰਦੇ ਹੈ ਹੋਰ ਵੀ ਕਾਫੀ ਜਿਹੜੇ ਪੈਸੇ ਆ ਜਾਂਦੇ ਆ, ਅਤੇ ਤੁਹਾਨੂੰ ਮੰਨ ਲਓ ਫਰਜ਼ ਕਰੋ ਤੁਹਾਨੂੰ ਕੋਈ 1,000 ਰੁਪਈਆ ਬਚਦਾ, ਅਤੇ ਤੁਸੀਂ ਹੁਣ ਕਹੋ ਕਿ ਮੈਂ 10 ਬੰਦਿਆਂ ਦੇ ਪੇਪਰ ਨਿਊ ਕਰਾ ਦਿੰਦਾ, ਮੈਂ ਸੁਜੋਰ ਨੂੰ ਕਰਵਾ ਦਿੰਦਾ, ਮੈਂ ਬੰਦੇ ਨੇ ਚੇਂਜ ਕਰਾ ਦਿੰਦਾ, 10 ਦੇ 20 ਦੇ ਕਰਾ ਦਿੰਦਾ, ਉਹਨਾਂ ਨੇ ਕਹਿਣਾ ਭਈ ਉਹ ਆਪ ਤਾਂ ਹੁਣ 1,000 ਰੁਪਈਆ ਉਹ ਕੋ ਬਚਦਾ, ਉਹ ਤੁਹਾਡੇ ਕਿੱਦਾਂ ਕਰੂਗਾ, ਇੱਦਾਂ ਦੇ ਚੱਕਰ ਵਿੱਚ ਅਗਰ ਤੁਸੀਂ, ਮੈਂ ਇਹ ਨਹੀਂ ਕਿਸੇ ਨੂੰ ਕਹਿ ਰਿਹਾ ਕਿ ਪੈਸੇ ਦੇ ਕੇ ਤੁਸੀਂ ਆਪਣੇ ਕੰਟਰੈਕਟ ਲਓ, ਪੈਸੇ ਦੇ ਕੇ ਤੁਸੀਂ ਆਪਣਾ ਆਹ ਕਰਾਓ, ਪਰ ਅਗਰ ਤੁਸੀਂ ਕਿਸੇ ਪਾਸੇ ਜਾ ਰਹੇ ਹੋ ਪਹਿਲਾਂ ਉਸ ਬੰਦੇ ਤੋਂ ਜਿਸ ਬੰਦੇ ਦੇ ਕੋਲ ਪੈਸੇ ਪਸਾਣੇ ਆ ਨਾ, ਉਸ ਬੰਦੇ ਦਾ ਪਹਿਲਾਂ ਚੈੱਕ ਕਰੋ, ਹਾਂ ਵੀ ਮੈਨੂੰ ਭਰਾਵਾ ਆਪਣਾ ਜਿਹੜਾ ਕੀ ਹੁੰਦੀ ਆ ਸੈਤੇ ਆਪਣਾ ਉਨੀਕੋ ਹੁੰਦੀ ਆ ਮੈਨੂੰ ਉਹ ਦਿਖਾਈ, ਜਾਂ ਫਿਰ ਆਪਣਾ ਬਿਲਾਂਚੋ ਹੁੰਦੀ ਆ ਵੀ ਤੇਰਾ ਸਾਲ ਦੀ ਇਨਕਮ ਕਿੰਨੀ ਆ, ਤੁਹਾਡਾ ਸਾਲ ਦਾ ਉਹ ਤਿਲੇ ਜਿਹੜਾ ਜੋ ਵੀ ਤੁਸੀਂ ਬਚਾਉਂਦੇ ਆ ਕਿੰਨਾ ਕੁ ਬਚਾਉਂਦੇ ਆ, ਕਿੰਨੇ ਬੰਦੇ ਕੰਮ ਕਰਦੇ ਆ, ਤੁਸੀਂ ਨੇ ਪੈਰ ਦਿੱਤਾ ਨੁਕਸਾਨ ਦੇ ਵਿੱਚ ਤਾਂ ਨਹੀਂ ਜਾ ਰਿਹਾ, ਕਿਉਂਕਿ ਅਗਰ ਤੁਸੀਂ ਪੈਰ ਦਿੱਤਾ ਦੇ ਵਿੱਚ ਜਾ ਰਹੇ ਹੋ, ਨੁਕਸਾਨ ਦੇ ਵਿੱਚ ਜਾ ਰਹੇ ਹੋ, ਘਾਟੇ ਦੇ ਵਿੱਚ ਜਾ ਰਹੇ ਹੋ, ਤਾਂ ਉਹਨੇ ਕਹਿਣਾ ਭਾਈ ਉਹ ਤਾਂ ਬੰਦਾ ਆਪ ਘਾਟੇ ਜਾਂਦਾ ਅਤੇ ਇਹਨੂੰ ਪੈਸੇ ਕਿੱਥੇ ਦੇ ਦੂਗਾ, ਇਹ ਗੱਲਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਆਪਣੇ ਬੰਦਿਆਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਤਾਂ ਨਹੀਂ ਹੈਗਾ, ਕਿਉਂਕਿ ਹੁਣ ਕੰਮਾਂ ਕਾਰਾਂ ਵਿੱਚ ਬਿਜ਼ੀ ਹੁੰਦੇ ਆ, ਬਿਜ਼ੀ ਵੀ ਆਪ ਹੀ ਹੋਣਾ, ਕਿਉਂਕਿ 8-8, 10-10 ਲੱਖ ਬੰਦੇ ਨੇ ਜਿਹੜੇ ਲਾ ਕੇ ਆਉਣਾ, ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਇਹਨਾਂ ਚੀਜ਼ਾਂ ਬਾਰੇ ਪਤਾ ਕਰੇ, ਕਿਉਂਕਿ ਉਸ ਬੰਦੇ ਨੂੰ ਇਹੀ ਹੁੰਦਾ ਵੀ ਜਿਹੜਾ ਮੇਰਾ 8 ਲੱਖ ਮੈਂ ਵਿਆਜ 'ਚ ਚੱਕਿਆ ਜਾਂ 10 ਲੱਖ ਚੱਕਿਆ ਜਾਂ 5 ਚੱਕਿਆ, ਵੀ ਮੈਂ ਹਰ ਮਹੀਨੇ ਉਹਦੀ 'ਚ ਕਿਸ਼ਤ ਤਾਰਨੀ ਆ, ਭਾਵੇਂ ਮੈਂ ਹੁਣ 2 ਰੁਪਏ ਨੂੰ ਘੰਟੇ ਨੂੰ ਕੰਮ ਕਰਾਂ ਜਾਂ 3 ਰੁਪਏ ਨੂੰ ਕਰਾਂ ਜਾਂ 4 ਰੁਪਏ ਨੂੰ ਕਰਾਂ ਜਾਂ ਦਿਹਾੜੀ ਦਾ 25-30 ਰੁਪਈਏ ਹੋਵੇ, ਇਸ ਹਿਸਾਬ ਨਾਲ ਕਰਾਂ, ਇਸ ਕਰਕੇ ਉਹਦੇ ਦਿਮਾਗ 'ਚ ਇਹੀ ਟੈਨਸ਼ਨਾਂ ਹੁੰਦੀਆਂ, ਅਤੇ ਉਹ ਦੂਜੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਉਹ ਪਤਾ ਨਹੀਂ ਕਰ ਹੁੰਦੀਆਂ ਟੈਨਸ਼ਨਾਂ ਦੇ ਵਿੱਚ। ਇਹ ਸੀ ਜੀ 6,000 ਬੰਦਿਆਂ ਦਾ ਫਿਲਹਾਲ ਦੁਮਾਂਦਾ ਹੋਇਆ, ਜੇ ਪੇਪਰ ਚੇਂਜ ਕਰਾਉਣ ਦੇ ਲਈ 9,850 ਬੰਦੇ ਦਾ ਦੁਮਾਂਦਾ ਹੋ ਸਕਦਾ ਸੀ, ਅਤੇ ਜ਼ਰੂਰੀ ਨਹੀਂ ਹੈਗਾ 6 ਦੇ 6,000 ਬੰਦਿਆਂ ਦੇ ਪੇਪਰ ਚੇਂਜ ਹੋ ਗਏ, ਇਸ ਕਰਕੇ ਅਗਰ ਤੁਹਾਡੇ ਤੁਸੀਂ ਤੁਹਾਡਾ ਮਿਨੀਮ 3 ਮਹੀਨੇ ਦਾ ਕੰਤਰਾਤੋ ਹੈਗਾ, ਤੁਹਾਡੇ 3 ਮਹੀਨੇ 'ਚ 78 ਦਿਨਾਂ ਦਾ ਉਹਨਾਂ ਨੇ ਇੰਸ਼ੋਰੈਂਸ ਕੀਤੀ ਹੋਆ ਅਤੇ 39 ਦਿਨ ਹੋਣੇ ਚਾਹੀਦੇ ਆ, ਅਤੇ ਸਭ ਕੁਛ ਹੈਗਾ, ਤੁਸੀਂ ਆਪਣਾ ਦੁਮਾਂਦਾ ਕਰ ਦਿਓ ਇਸ ਤੋਂ ਪਹਿਲਾਂ ਕਿ ਜਿਹੜੇ ਕੁਆਤੇ ਆ ਖਤਮ ਹੋ ਜਾਣ। ਅਤੇ ਬਾਕੀ ਸਭ ਤੋਂ ਜ਼ਿਆਦਾ ਇੱਕ ਹੋਰ ਗੱਲ ਆ ਜੀ, ਸਭ ਤੋਂ ਜ਼ਿਆਦਾ ਜਿਹੜੇ ਪੇਪਰ ਚੇਂਜ ਹੋਣ ਦੇ ਕੋਨਵਰਸੇਸ਼ਨ, ਜਿਹੜਾ ਆਪਣਾ ਖੇਤੀਬਾੜੀ ਵਾਲੇ ਪੇਪਰ ਆ ਜਾਂ ਫਿਰ ਹੋਰ ਸਟੱਡੀ ਬੇਸ ਵਾਲੇ ਪੇਪਰ ਆ, ਜਿਹੜੇ ਵੀ ਪੇਪਰ ਹੈਗੇ ਇਹਨਾਂ ਨੂੰ ਪੱਕੇ ਪੇਪਰਾਂ 'ਚ ਹੋਣ ਦੇ ਦਮਾਂਦਾ ਸਭ ਤੋਂ ਜ਼ਿਆਦਾ ਮਿਲਾਨ ਵਿੱਚ ਹੋਇਆ ਜੀ, ਤਕਰੀਬਨ 700 ਨਾਪਲੀ ਵਿੱਚ, ਯਕੀਨ ਨਹੀਂ ਹੋ ਰਿਹਾ ਕਿ ਨਾਪਲੀ ਵਿੱਚ ਸਿਰਫ 600 ਬੰਦੇ ਨੇ ਦਮਾਂਦਾ ਕੀਤਾ, ਅਤੇ ਨਾਪਲੀ ਵਿੱਚ ਸਿਰਫ 600 ਬੰਦੇ ਨੇ, ਹਾਂਜੀ ਰੋਮਾ ਵਿੱਚ 400, ਵਰੋਨਾ ਵਿੱਚ ਵੀ ਵਰੋਨਾ 'ਚ ਤਾਂ 400 ਤੋਂ ਘੱਟ ਆ, ਰੋਮਾ 'ਚ 400 ਤੋਂ ਜ਼ਿਆਦਾ, ਯਾਨੀ 100 ਭਜਾ ਉੱਤੇ 100 ਭਜਾ ਥੱਲੇ ਹੋ ਜਾਂਦਾ,
ਮੋਰੋਨਾ 'ਚ 400 ਤੋਂ ਘੱਟ ਆ, ਲਤੀਨਾ ਵਿੱਚ ਤਕਰੀਬਨ 350-350 ਬੰਦੇ ਨੇ ਕੀਤਾ ਦੋਵਾਂ ਦਾ। ਸਭ ਤੋਂ ਜ਼ਿਆਦਾ ਪੇਪਰ ਚੇਂਜ ਹੋਇਆ ਜੀ, ਚੇਂਜ ਹੋਣ ਦੇ ਦੋਵਾਂ ਦੇ ਮਿਲਾਨ ਵਿੱਚ ਹੋ ਰਿਹਾ ਇਸ ਟਾਈਮ। ਨਾਪਲੀ ਵਿੱਚ 600, ਬਰੀਸ਼ੀਆ, ਕਰਮੋਨਾ, ਮਾਨਤਵਾ, ਇਹਨਾਂ ਦਾ ਫਿਲਹਾਲ ਇਹਨਾਂ ਨੇ ਕੁਛ ਦੱਸਿਆ ਨਹੀਂ, ਹੋ ਸਕਦਾ ਆਉਣ ਵਾਲੀ ਜਿਹੜੀ ਇਹਨਾਂ ਦੀ ਰਿਪੋਰਟ ਆਊਗੀ ਉਹਦੇ ਵਿੱਚ ਕੁਛ ਦੱਸੂਗੇ। ਅਤੇ ਇਹ ਸੀ ਸਾਡਾ ਅੱਜ ਦਾ ਜੀ ਛੋਟਾ ਜਿਹਾ ਭਾਗ। ਉਮੀਦ ਕਰਦੇ ਹਾਂ ਜਿਹੜਾ ਭਾਗ ਤੁਹਾਨੂੰ ਇਹ ਵਧੀਆ ਲੱਗੂਗਾ। ਅਗਰ ਵਧੀਆ ਲੱਗਿਆ ਜੀ ਤਾਂ ਸਾਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਭਾਗ ਨੂੰ। ਅਤੇ ਹਾਂਜੀ, ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਹੀ ਤਾਂ ਪੰਜਾਬੀ। ਮੇਰਾ ਨਾਮ ਕੁਲਵੀਰ ਸਿੰਘ ਹੈ ਜੀ, ਅਤੇ ਵਟਸਐਪ ਦਾ ਮੇਰਾ ਨੰਬਰ ਕਾਫੀ ਪਹਿਲਾਂ ਮੈਂ ਦਿੰਦਾ ਹੁੰਦਾ ਸੀ, ਹੁਣ ਮੈਂ ਵਟਸਐਪ ਚਲਾਉਂਦਾ ਨਹੀਂ, ਇਸ ਕਰਕੇ ਮੈਂ ਆਪਣਾ ਕੋਈ ਨੰਬਰ ਨਹੀਂ ਦਿੰਦਾ। ਇਸ ਕਰਕੇ ਅਗਰ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਉਹਨੂੰ ਵੀ ਸਾਡੇ ਆਪਣੇ ਫੇਸਬੁੱਕ ਅਤੇ ਸਾਡੇ ਯੂਟਿਊਬ ਦੇ ਚੈਨਲ ਦੇ ਕਮੈਂਟਾਂ ਦੇ ਵਿੱਚ ਹੀ ਪੁੱਛ ਸਕਦੇ ਹਾਂ, ਠੀਕ ਹੈ ਜੀ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਕਰਦੇ ਹਾਂ ਕਿ ਅਸੀਂ ਆਪਾਂ ਛੇਤੀ ਨਵਾਂ ਭਾਗ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।